ਜ਼ਿਲ੍ਹਾ ਪੰਜਾਬ ਸਰਕਾਰ ਦੇ ਨੀਤੀਆਂ ਤੋਂ ਅੱਕਿਆ ਇੱਕ ਅਧਿਆਪਕ ਅੱਧੀ ਰਾਤ ਤੋਂ ਚੜਿਆ ਮੋਬਾਈਲ ਟਾਵਰ ਉੱਤੇ। ਜਾਣਕਾਰੀ ਮੁਤਾਬਕ ਅਧਿਆਪਕ ਨਿਸ਼ਾਨ ਕੁਮਾਰ ਆਫੀਸਰਸ ਕਲੋਨੀ ਦੇ ਟਾਵਰ ਉੱਤੇ ਰਾਤ 12 ਵਜੇ ਤੋਂ ਚੜਿਆ ਹੋਇਆ ਹੈ। ਉਸ ਦੀ ਮੰਗ ਹੈ ਕਿ EGS ਅਧਿਆਪਕਾਂ ਨੂੰ ਪੱਕੇ ਤੌਰ ਤੇ ਕੀਤਾ ਜਾਵੇ। ਉਸਦਾ ਕਹਿਣਾ ਹੈ ਕਿ COVID-19 ਕਾਰਨ ਮੱਧਮ ਵਰਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਹਨਾਂ ਦੇ ਘਰ ਦੇ ਚੁੱਲ੍ਹੇ ਠੰਡੇ ਪਏ ਹਨ, ਗੁਜ਼ਾਰਾ ਕਰਨਾ ਔਖਾ ਹੋਇਆ ਹੈ, ਔਖੇ ਮਰਨ ਵਰਗੇ ਹਾਲਾਤ ਬਣੇ ਹੋਏ ਹਨ। ਉਸਨੇ ਸੂਬਾ ਸਰਕਾਰ, ਸਿੱਖਿਆ ਮੰਤਰੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ EGS ਅਧਿਆਪਕਾਂ ਨੂੰ ਪੱਕੇ ਕਰਨ ਦਾ ਹੁਕਮ ਜਾਰੀ ਨਾ ਕੀਤਾ ਗਿਆ ਤਾਂ ਉਸਦੀ ਲਾਸ਼ ਹੀ ਹੇਠਾਂ ਆਵੇਗੀ। ਗੱਲ ਇਹ ਹੈ ਕਿ EGS ਅਧਿਆਪਕ ਜਿਹੜੇ ਸਕੂਲ ਟਾਈਮ ਤੋਂ ਬਾਅਦ ਪਾਰਟ ਟਾਈਮ ਕੰਮ ਕਰਦੇ ਸੀ, ਜਿਨ੍ਹਾਂ ਨਾਲ ਜਿਹੜਾ ਘਰ ਦਾ ਖਰਚਾ ਜਿਹੜਾ ਥੋੜ੍ਹਾ ਬਹੁਤਾ ਸੁੱਖ ਚੱਲ ਪੈਂਦਾ ਸੀ, ਪਰ ਕਰੋਨਾ ਦੀ ਆਫ਼ਤ ਦੇ ਨਾਲ ਸਾਰੇ ਕੰਮ ਧੰਦੇ ਰੁਕ ਗਏ ਅਤੇ ਮੱਧਮ ਵਰਗ ਦੇ ਲੋਕਾਂ ਦੇ ਉੱਪਰ ਇੰਨੀ ਖੱਟ ਵੱਜੀ ਹੈ ਕਿ ਉਹਨਾਂ ਦੇ ਘਰਾਂ ਦਾ ਜਿਹੜਾ ਜੀਵਨ ਆ ਉਹ ਬਹੁਤ ਹੀ ਔਖਾ ਆ ਗਿਆ ਜੀਣਾ। ਇਸ ਲਈ 6,000 ਦੇ ਵਿੱਚ ਘਰਾਂ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਹੈ ਕਿ 12 ਸਾਲ ਤੋਂ ਪੰਜਾਬ ਸਰਕਾਰ ਸਾਡੇ ਨਾਲ ਮਤਰੇਈ ਮਾਹੌਲ ਸਲੂਕ ਕਰਦਾ ਆ ਰਹੀ ਹੈ, ਜਿਹਦਾ ਜਿਹੜਾ ਸਾਨੂੰ ਜਿਹੜਾ ਜੀਣਾ ਬਰਦਾਸ਼ਤ ਹੋ ਗਿਆ। ਇਸ ਲਈ ਮੈਂ ਅੱਜ ਪੈਟਰੋਲ ਦੀ ਬੋਤਲ ਲੈ ਕੇ ਦੁਬਾਰਾ ਇਸੇ ਟੈਂਕੀ ਦੇ ਉੱਪਰ ਪਟਾਵਲ ਦੇ ਉੱਪਰ ਚੜ੍ਹਿਆ। ਮੇਰੀ ਇੱਕੋ ਇੱਕ ਮੰਗ ਹੈ ਕਿ ਸਿੱਖਿਆ ਮੰਤਰੀ ਜਿਹੜਾ ਆ ਤੁਰੰਤ ਜਿਹੜਾ ਸਾਨੂੰ ਰੈਗੂਲਰ ਕਰੇ, ਪ੍ਰੀ ਨਰਸਰੀ ਪੋਸਟਾਂ ਦੇ ਉੱਪਰ ਸਾਨੂੰ ਰੈਗੂਲਰ ਕਰੇ, ਨਹੀਂ ਤਾਂ ਜਾਂ ਮੈਂ ਨਹੀਂ ਜਾਂ ਤਾਂ ਮੇਰੀ ਇਸੇ ਨੀਚੇ ਲਾਸ਼ ਆਊਗੀ ਟਾਵਲ ਦੇ ਉੱਪਰੋਂ। ਮੈਂ ਬਹੁਤ ਹੀ ਆਖੀਆਂ, ਬਹੁਤ ਹੀ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਰੋ ਨੀਤੀਆਂ ਦੇ ਕਾਰਨ ਬਹੁਤ ਅੱਕ ਗਿਆ ਹਾਂ। ਇਸ ਲਈ ਪੰਜਾਬ ਦੀ ਗਲਤ ਨੀਤੀਆਂ ਦੇ ਕਾਰਨ ਸਾਡੇ ਘਰਾਂ ਦੇ ਜਿਹੜੇ ਆ ਚੁੱਲ੍ਹੇ ਬੰਦ ਪਏ ਆ, ਜ਼ਿੰਦਗੀਆਂ ਖਰਾਬ ਹੋ ਚੁੱਕੀਆਂ, ਪਰਿਵਾਰਿਕ ਰਿਸ਼ਤੇ ਖਰਾਬ ਹੋ ਚੁੱਕੇ ਆ। ਮੈਂ ਪੰਜਾਬ ਸਰਕਾਰ ਅੱਗੇ ਇੱਕੋ ਮੰਗ ਕਰਦਾ ਕਿ ਤੁਰੰਤ ਜਿਹੜਾ EGS ਆਪਾਂ ਨੂੰ ਰੈਗੂਲਰ ਕਰੇ ਅਤੇ ਉਹਨਾਂ ਬੰਦ ਦਾ ਹੱਕ ਦੇਵੇ।